ਜੀ ਖਬਰਾਂ ਦਾ ਰੁਖ ਕਰਦੇ ਹਾਂ ਪੰਜਾਬ ਵੱਲ, ਜਿੱਥੇ ਜ਼ੀਰਾ ਵਿਖੇ ਹਰੀਕੇ ਹੈੱਡ ਦੇ ਨੇੜੇ ਬੰਗਾਲੀ ਵਾਲਾ ਪੁਲ ਕੋਲ ਮੋਟਰਸਾਈਕਲ ਤੇ ਟਰਾਲੇ ਦੇ ਵਿਚਾਲੇ ਹਾਦਸਾ ਹੋਣ ਦੀ ਖਬਰ ਹੈ। ਜਾਣਕਾਰੀ ਦੇ ਮੁਤਾਬਕ ਪਿੰਡ ਮਰਹਾਣਾ ਵਾਸੀ ਮ੍ਰਿਤਕ ਗੁਰਦੇਵ ਸਿੰਘ ਆਪਣੀ ਪਤਨੀ ਨਿਰਮਲ ਕੌਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿੱਚ ਪਿੰਡ ਸੁਧੀਆ ਜਾ ਰਹੇ ਸਨ ਕਿ ਬੰਗਾਲੀ ਵਾਲਾ ਪੁਲ ਤੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ਵਿੱਚ ਆ ਗਏ। ਹਾਦਸੇ ਦੇ ਵਿੱਚ ਗੁਰਦੇਵ ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਗਈ, ਜਦਕਿ ਨਿਰਮਲ ਕੌਰ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਉੱਧਰ ਪੁਲਿਸ ਵੱਲੋਂ ਫਰਾਰ ਟਰੱਕ ਚਾਲਕ ਦੀ ਭਾਲ ਵੀ ਲਗਾਤਾਰ ਜਾਰੀ ਹੈ। ਇਹ ਹਾਦਸਾ ਹੈ ਜੀ, ਸਾਡੀ ਸਿਸਟਰ ਦੇ ਜੀਜਾ ਜੀ ਪਿੰਡ ਮਰਾਣੇ ਤੋਂ ਆ ਰਹੇ ਸੀ, ਪਿੰਡ ਸੁਧੀਆ ਨਾਲ ਹੀ ਮਹੂਦੇ ਆ, ਅਤੇ ਮੈਂ ਪਿੱਛੇ ਹਾਂ ਮੋਟਰਸਾਈਕਲ 'ਤੇ ਆਪਦੇ ਦੇ ਨਾਲ, ਇੱਕ ਮੇਰਾ ਬ੍ਰਦਰ ਸੀ ਅਤੇ ਇਹ ਦੋਵੇਂ ਜੀ ਅੱਗੇ ਅੱਗੇ ਸੀ। ਜਦੋਂ ਮਤਲਬ ਹਰੀਕੇ ਹੈੱਡ ਤੋਂ ਅਗਲੇ ਪੰਨੇ ਆਉਂਦੀਆਂ ਨਹਿਰਾਂ, ਜਿਹਨਾਂ ਨੂੰ ਛੁੱਟੀਆਂ ਨਹਿਰਾਂ ਕਿਹਾ ਜਾਂਦਾ, ਦੁਕਾਨਾਂ 'ਤੇ ਲੱਗੇ, ਉੱਥੋਂ ਮੋਟਰਸਾਈਕਲ ਮਤਲਬ ਸਾਡੇ ਜੀਜਾ ਜੀ ਨੇ ਥੋੜ੍ਹਾ ਜਿਹਾ ਸਲੋਕ ਕੀਤਾ ਵੀ ਮੋੜ ਆਇਆ ਵਾ, ਕੋਲ ਆਇਆ, ਮਗਰੋਂ ਟਰੱਕ ਲਾਇਆ ਉਹਨੇ, ਉੱਥੋਂ ਕੰਟਰੋਲ ਨਹੀਂ ਆਇਆ, ਮਤਲਬ ਉਹਨੇ ਕੱਟੇ ਜੀ। ਵਾਧੇ ਅਗਲੀ ਕਰੋ ਵੱਲ, SAS ਨਗਰ ਵਿਖੇ ਬਣਨ ਵਾਲੇ ਨਵੇਂ ਸੈਕਟਰਾਂ ਦੇ ਵਿੱਚ ਅਤਿ ਆਧੁਨਿਕ ਸਹੂਲਤਾਂ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੇ ਵਿੱਚ ਪੁੱਡਾ, ਗਮਾਡਾ ਅਤੇ ਹੋਰ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਵੀ ਭਾਗ ਲਿਆ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਸੈਕਟਰ ਡਿਜ਼ਾਈਨ ਬਿਲਡ ਆਪਰੇਟ ਦੇ ਆਧਾਰ 'ਤੇ ਵਿਕਸਿਤ ਹੋਣਗੇ ਅਤੇ ਇਹਨਾਂ ਨਵੇਂ ਸੈਕਟਰਾਂ ਨੂੰ ਵਿਕਸਿਤ ਕਰਨ ਵਾਲੀ ਕੰਪਨੀ ਹੀ ਠੋਸ ਰਹਿੰਦ ਖੂੰਹਦ, ਨਿਰਵਿਘਨ ਬਿਜਲੀ ਅਤੇ ਪਾਣੀ ਦੀ ਸਪਲਾਈ ਲਈ ਜ਼ਿੰਮੇਵਾਰ ਹੋਵੇਗੀ ਅਤੇ ਨਾਲ ਹੀ ਜ਼ੀਰਕਪੁਰ ਅਤੇ ਡੇਰਾਬੱਸੀ ਨੂੰ ਸੈਟੇਲਾਈਟ ਟਾਊਨ ਵਜੋਂ ਵੀ ਵਿਕਸਿਤ ਕੀਤਾ ਜਾਵੇਗਾ। ਉਧਰ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 6ਵੀਂ ਆਰਥਿਕ ਗਣਨਾ ਤੇ ਪ੍ਰਾਪਤ ਹੋਏ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤੀਬਾੜੀ ਲਾਗਤ ਸੰਬੰਧੀ ਪ੍ਰਾਪਤ ਹੋਏ ਇਹਨਾਂ ਅੰਕੜਿਆਂ ਦੀ ਵਰਤੋਂ ਕਰਕੇ ਖੇਤੀ ਵਨ ਸੁਵੰਨਤਾ ਨੂੰ ਜ਼ਿਲ੍ਹਾ ਪੱਧਰ ਤੇ ਸਫਲ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਉਦਯੋਗਿਕ ਅੰਕੜੇ ਪੰਜਾਬ ਸਰਕਾਰ ਲਈ ਪੁਖਤਾ ਸਨਅਤੀ ਨੀਤੀ ਬਣਾਉਣ 'ਚ ਵੀ ਮਦਦਗਾਰ ਸਾਬਤ ਹੋਣਗੇ। ਢੀਂਡਸਾ ਨੇ ਚੰਡੀਗੜ੍ਹ ਵਿਖੇ 13ਵੀਂ ਵਿੱਤ ਕਮਿਸ਼ਨ ਰਿਵਿਊ ਸੰਬੰਧੀ ਕਰਵਾਈ ਜਾ ਰਹੀ ਮੀਟਿੰਗ ਦਾ ਵੀ ਉਦਘਾਟਨ ਕੀਤਾ, ਜਿਸ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਨੁਮਾਇੰਦੇ ਹਿੱਸਾ ਲੈਣੇ ਨੇ। ਇਹਦੇ ਵਿੱਚ ਇੱਕ ਤਾਂ 13th ਫਾਈਨੈਂਸ ਕਮਿਸ਼ਨ ਦੀ ਜੋ ਸਾਨੂੰ ਗ੍ਰਾਂਟਾਂ ਮਿਲੀਆਂ ਉਹਦੀ ਰਿਵਿਊ ਮੀਟਿੰਗ ਹੈ, ਜੋ ਪ੍ਰੋਗਰੈਸ ਅਸੀਂ ਕੀਤਾ ਸਟੈਟਿਸਟੀਕਲ ਅਤੇ ਡਾਟਾ ਕਲੈਕਸ਼ਨ ਦੇ ਵਿੱਚ, ਜਿਹੜੀਆਂ ਨਵੀਆਂ ਟੈਕਨੀਕਸ ਨੇ ਉਹਨਾਂ ਬਾਰੇ ਇਹ 5 ਦਿਨਾਂ ਜਿਹੜੀ ਵਰਕਸ਼ਾਪ ਹੋ ਰਹੀ ਹੈ। ਇਸ ਤੋਂ ਇਲਾਵਾ GSDP ਦੀ ਡਾਟਾ ਕਲੈਕਸ਼ਨ 'ਤੇ ਵੀ ਇਸ ਜਿਹੜੀ ਹੈ ਮੀਟਿੰਗ ਦਾ ਵਰਕਸ਼ਾਪ ਦਾ ਫੋਕਸ ਹੈ। ਮੋਗਾ ਵਿਖੇ ਪਿਛਲੇ ਕਈ ਦਿਨਾਂ ਤੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਗਿਰੋਹ ਦੇ 3 ਮੈਂਬਰਾਂ ਨੂੰ ਮੋਗਾ ਪੁਲਿਸ ਨੇ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਦੇ ਮੁਤਾਬਕ ਇਹ ਸ਼ਹਿਰ ਦੇ ਵਿੱਚ ਵੱਖ ਵੱਖ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ, ਇੱਕ ਐਕਟਿਵਾ, 2 ਲੈਪਟਾਪ, 5 ਮੋਬਾਈਲ, 2 ਗੈਸ ਸਿਲੰਡਰ ਵੀ ਬਰਾਮਦ ਕੀਤੇ ਗਏ ਨੇ ਅਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੇ ਵਿੱਚੋਂ ਜਿਹੜਾ ਮੁੱਖ ਅਫਸਰ ਥਾਣਾ ਜਿਹੜਾ ਸ੍ਰੀ ਸਾਊਥ ਹੈ ਰਵਿੰਦਰ ਸਿੰਘ, ਉਹਨਾਂ ਦੀ ਮਿਹਨਤ ਨਾਲ 3 ਜਿਹੜਾ ਮੈਂਬਰ ਹੈ ਇਹਨਾਂ 'ਚ ਗ੍ਰਿਫਤਾਰ ਕਰ ਲਏ ਆ। ਇਹਨਾਂ ਦੇ ਕੋਲੋਂ ਅਸੀਂ ਇੱਕ ਮੋਟਰਸਾਈਕਲ, 1 ਹੁੰਦਾ ਐਕਟਿਵਾ, 6 ਮੋਬਾਈਲ ਅਲੱਗ ਅਲੱਗ ਕੰਪਨੀ ਦੇ, 2 ਗੈਸ ਸਿਲੰਡਰ, 2 ਲੈਪਟਾਪ ਬਰਾਮਦ ਕਰ ਲਏ।
ਫਰਦਰ ਇਹਨਾਂ ਦਾ ਰਮਾਨ ਲੈ ਕੇ ਅਸੀਂ ਹੋਰ ਪੁੱਛ ਗਿੱਛ ਕਰਾਂਗੇ ਇਹਨਾਂ ਕੋਲ ਹੋਰ ਵੀ ਬਰਾਮਦੀ ਹੁੰਦੀ ਹੈ ਹਮਾਸ। ਕਿਸ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ? ਚੋਰੀ ਦੇ। ਕਿੰਨੀਆਂ ਵਾਰਦਾਤਾਂ ਕੀਤੀਆਂ ਤੁਸੀਂ? ਕਿੱਥੇ ਕਿੱਥੇ ਕਰਦੇ ਸੀਗੇ? ਬਗਲਾ ਮੁਖੀ ਮੰਦਰ ਕੋਲ ਕੀਤੀ ਸਕੂਟਰੀ ਚੱਕੀ।